ਦੇ ਸਟੂਡੈਂਟਸ ਵੈਲਕਮ ਬੈਕ ਅੱਜ ਦਾ ਆਪਣਾ ਟਾਪਿਕ ਹੈ ਸੀਸੀਟੀਵੀ ਕੈਮਰਾ ਹੁਣ ਅਸੀਂ ਇਸ ਵੀਡੀਓ ਦੇ ਵਿੱਚ ਸੀਸੀਟੀਵੀ ਕੈਮਰਾ ਇਹਦਾ मीनिंग ਇਹਦੇ ਕਿਹੜੇ ਕਿਹੜੇ ਕੰਪੋਨੈਂਟਸ ਨੇ ਤੇ ਵਰਕਿੰਗ ਦੇ ਆਧਾਰ ਤੇ ਅਸੀਂ ਇਹਨੂੰ ਕਿਸ ਤਰੀਕੇ ਨਾਲ ਡਿਵਾਈਡ ਕਰ ਸਕਦੇ ਹਾਂ ਕਿਹੜੇ ਕਿਹੜੇ ਦੇ ਮੈਰਿਟਸ ਤੇ ਡੀ ਮੈਰਿਟਸ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸੀਸੀਟੀਵੀ ਕੈਮਰਾ ਹੁੰਦਾ ਕੀ ਹੈ ਸੀਸੀਟੀਵੀ ਕਲੋਜ਼ਡ ਸਰਕਟ ਟੈਲੀਵਿਜ਼ਨ ਕਲੋਜ਼ਡ ਸਰਕਟ ਟੈਲੀਵਿਜ਼ਨ ਕਲੋਜ਼ ਸਰਕਟ ਮੀਨਸ ਜਿਹਨੂੰ ਅਸੀਂ ਨੇੜੇ ਤੋਂ ਦੇਖ ਸਕਦੇ ਹਾਂ ਉਹ ਚੀਜ਼ ਇਸ ਨੂੰ ਵੀਡੀਓ ਸਰਵੇਲੈਂਸ ਵੀ ਕਿਹਾ ਜਾਂਦਾ ਹੈ ਇੱਕ ਇਸ ਤਰ੍ਹਾਂ ਦਾ ਟੀਵੀ ਸਿਸਟਮ ਹੁੰਦਾ ਹੈ ਜਿਹਦੇ ਵਿੱਚ ਵੀਡੀਓ ਕੈਮਰਾਜ਼ ਦੀ ਮਦਦ ਦੇ ਨਾਲ ਸਾਰੇ ਜਿਹੜੇ ਸਿਗਨਲ ਨੇ ਉਹਨਾਂ ਨੂੰ ਇਕੱਠੇ ਕਰ ਲਿਆ ਜਾਂਦਾ ਹੈ ਇੱਥੇ ਪਬਲਿਕ ਨੂੰ ਦਿਖਾਉਣ ਦੀ ਬਜਾਏ ਮੀਨਸ ਲੋਕਾਂ ਨੂੰ ਨਹੀਂ ਦਿਖਾਇਆ ਜਾਂਦਾ ਜਿਵੇਂ ਕਿ ਆਮ ਟੀਵੀ ਦਿਖਾਇਆ ਜਾਂਦਾ ਹੈ ਉਹ ਚੀਜ਼ ਨਹੀਂ ਹੈ ਕਿਉਂਕਿ ਟੀਵੀ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਸਾਰੇ ਪਬਲਿਕ ਦੇ ਲਈ ਹੁੰਦੇ ਨੇ ਬਟ ਜਿਹੜੇ ਸੀਸੀਟੀਵੀ ਵਾਲੇ ਨੇ ਉਹ ਕਿਸੇ ਵਿਸ਼ੇਸ਼ ਸਥਾਨ ਤੇ ਸੀਮਤ ਮੋਨੀਟਰਾਂ ਉੱਪਰ ਦਿਖਾਇਆ ਜਾਂਦਾ ਹੈ ਇਹਨੂੰ ਵਿਸ਼ੇਸ਼ ਸਥਾਨ ਮੀਨਸ ਜਿਵੇਂ ਐਗਜ਼ੈਂਪਲ ਦੇ ਰਿਹਾ ਤੁਹਾਨੂੰ ਆਪਣੇ ਘਰ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਾ ਸਕੂਲ ਦੇ ਵਿੱਚ ਲੱਗੇ ਆ ਕਿਸੇ ਆਫਿਸ ਦੇ ਵਿੱਚ ਲੱਗੇ ਆ ਜਾਂ ਕੋਈ ਜਿੱਥੇ ਹੋਰ ਕੋਈ ਵਰਕਪਲੇਸ ਆ ਉੱਥੇ ਲੱਗੇ ਤਾਂ ਉਹਗੇ ਵਿਸ਼ੇਸ਼ ਸਥਾਨ ਸੀਮਤ ਮੋਨੀਟਰ ਸੀਮਤ ਮੋਨੀਟਰ ਮੀਨਸ ਇੱਕ LED ਲੱਗੀ ਹੁੰਦੀ ਹੈ ਜਿਹਦੇ ਵਿੱਚ ਜਿੰਨੇ ਵੀ ਕੈਮਰੇ ਲੱਗੇ ਹੁੰਦੇ ਨੇ ਉਹ ਸਾਰੇ ਸ਼ੋ ਹੋ ਰਹੇ ਹੁੰਦੇ ਨੇ ਕਿ ਕਿੱਥੇ ਕਿਹੜੀ ਐਕਟੀਵਿਟੀ ਹੋ ਰਹੀ ਹੈ ਭਾਵੇਂ ਸੀ ਕਿਸੇ ਕਲਾਸਰੂਮ ਦੀ ਗੱਲ ਕਰੀਏ ਗਰਾਊਂਡ ਦੇ ਵਿੱਚ ਲੱਗਿਆ ਕੈਮਰਾ ਜਾਂ ਕੋਈ ਵੀ ਹੋਰ ਥਾਵਾਂ ਨੇ ਜਿੱਥੇ ਕਿ ਸਾਨੂੰ ਲੱਗਦਾ ਵੀ ਸਾਡੇ ਬੱਚੇ ਸਿਕਿਉਰ ਰਹਿਣ ਮੀਨਸ ਸੀਮਤ ਮੋਨੀਟਰਾਂ ਦੇ ਉੱਪਰ ਹੀ ਇਹਨੂੰ ਦਿਖਾਇਆ ਜਾਂਦਾ ਇਹ ਨਹੀਂ ਹੈ ਵੀ ਹਰੇਕ ਟੀਚਰ ਦੇ ਰੂਮ ਦੇ ਵਿੱਚ ਵੀ ਲੱਗਿਆ ਉਹ ਵੀ ਦੇਖ ਸਕਦਾ ਹੈ ਓਨਲੀ ਪ੍ਰਿੰਸੀਪਲ ਜਾਂ ਜਿਹੜੀ ਮੈਨੇਜਮੈਂਟ ਹੈ ਠੀਕ ਹੈ ਜੀ ਮੇਰੇ ਖਿਆਲ ਵਿੱਚ ਤੁਹਾਨੂੰ ਬੱਚੇ ਸਮਝ ਆ ਗਿਆ ਹੋਵੇਗਾ ਵੀ ਇਹ ਪਬਲਿਕ ਦੇ ਲਈ ਨਹੀਂ ਦਿਖਾਉਣਾ ਹੁੰਦਾ ਇਹਨਾਂ ਨੂੰ ਇਹਨਾਂ ਨੂੰ ਕਿਸੇ ਵਿਸ਼ੇਸ਼ ਸਥਾਨ ਤੇ ਜਿਹੜੇ ਸੀਮਤ ਮੋਨੀਟਰ ਨੇ ਉਹਨਾਂ ਦੇ ਉੱਪਰ ਹੀ ਦਿਖਾਇਆ ਜਾਂਦਾ ਹੈ ਇਹਦਾ ਜਿਹੜਾ ਅਸਲ ਉਦੇਸ਼ ਇਹ ਹੁੰਦਾ ਹੈ ਕਿ ਕਿਸੇ ਵੀ ਸਥਾਨ ਜਾਂ ਵਿਅਕਤੀ ਦੇ ਕਾਰਜ ਦੀ ਨਿਗਰਾਨੀ ਕਰਨੀ ਹੈ ਸੁਪਰਵੀਜ਼ਨ ਕਰਨੀ ਹੈ ਤੇ ਸੁਰੱਖਿਆ ਕਰਨੀ ਹੈ ਮੀਨਜ਼ ਵਿਅਕਤੀ ਜਿਹੜਾ ਕਿਸੇ ਵੀ ਸਥਾਨ ਤੇ ਕੋਈ ਵੀ ਕੰਮ ਕਰ ਰਿਹਾ ਉਹਦੀ ਸੁਪਰਵੀਜ਼ਨ ਕਰਨੀ ਹੈ ਤੇ ਸਿਕਿਉਰਿਟੀ ਸਿਕਿਉਰਿਟੀ ਮੀਨਜ਼ ਹੁਣ ਜਿਵੇਂ ਸਕੂਲ ਦੇ ਵਿੱਚ ਹੁੰਦੇ ਆ ਤਾਂ ਅਸੀਂ ਬੱਚਿਆਂ ਦੀ ਸਿਕਿਉਰਿਟੀ ਦੇ ਲਈ ਜਿਹੜੇ ਸੀਸੀਟੀਵੀ ਕੈਮਰਾਜ਼ ਨੇ ਉਹ ਲਗਾਉਨੇ ਆ ਤੇ ਜਿਹੜੇ ਇਹ ਸੀਸੀਟੀਵੀ ਕੈਮਰਾਜ਼ ਨੇ ਹੁਣ ਇਹਨਾਂ ਦੀ ਜਿਹੜੀ ਵਰਤੋਂ ਉਹ ਬੈਂਕ ਸਕੂਲ 에어ਪੋਰਟ ਮਿਲਟਰੀ ਪਲੇਸਸ ਨੇ ਜਿਹੜੀਆਂ ਉੱਥੇ ਨਿਗਰਾਨੀ ਕਰਨ ਦੇ ਲਈ ਕੀਤੀ ਜਾਂਦੀ ਹੈ ਬਟ ਅੱਜ ਕੱਲ ਜੇਕਰ ਅਸੀਂ ਗੱਲ ਕਰੀਏ ਤਾਂ ਇਹਦੀ ਵਰਤੋਂ ਸ਼ੋਰੂਮ ਘਰਾਂ ਕੋਠੀਆਂ ਇਹਨਾਂ ਦੇ ਵਿੱਚ ਵੀ ਆਮ ਰੂਪ ਦੇ ਵਿੱਚ ਇਹਦੀ ਜਿਹੜੀ ਵਰਤੋਂ ਉਹ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੀ ਵਾਰ ਜਿਹੜਾ ਸੀਸੀਟੀਵੀ ਸਿਕਿਉਰਿਟੀ ਕੈਮਰਾ ਉਹ ਜਰਮਨ ਦੇ ਇੰਜੀਨੀਅਰ ਵਾਲਟਰ ਬ੍ਰੱਚ ਦੁਆਰਾ ਬਣਾਇਆ ਗਿਆ ਅਤੇ ਇੰਸਟਾਲ ਵੀ ਕੀਤਾ ਗਿਆ ਸੀ ਜਰਮਨ ਇੰਜੀਨੀਅਰ ਦੇ ਦੁਆਰਾ ਪਹਿਲੀ ਵਾਰ ਜਿਹੜਾ ਸੀਸੀਟੀਵੀ ਸਿਕਿਉਰਿਟੀ ਕੈਮਰਾ ਉਹ ਬਣਾਇਆ ਗਿਆ ਸੀ ਤੇ ਆਮ ਸ਼ਬਦਾਂ ਦੇ ਵਿੱਚ ਇਹ ਜਿਹੜਾ ਸਿਸਟਮ ਹੈ ਇਹਦੇ ਵਿੱਚ 2 4 ਜਾਂ ਜ਼ਿਆਦਾ ਕੈਮਰੇ ਵੱਖ-ਵੱਖ ਜਗ੍ਹਾ ਤੇ ਲਗਾਏ ਜਾਂਦੇ ਨੇ ਮੀਨ ਇਟ ਡਿਪੈਂਡ ਕਰਦਾ ਹੈ ਕਿ ਕਿੰਨੇ ਕੈਮਰੇ ਨੇ ਉਹਦੇ ਅਕੋਰਡਿੰਗ ਅਸੀਂ ਆਪਣੀ ਜਿਹੜੀ LED ਹੈ ਉੱਥੇ ਵੀ ਸੈਟਿੰਗ ਉਹਦੇ ਨਾਲ ਉਨੇ ਹੀ ਹੋ ਜਾਂਦੀ ਹੈ ਅਸੀਂ ਚੇਂਜ ਕਰਕੇ ਵੀ ਦੇਖ ਸਕਦੇ ਹਾਂ ਜੇ ਜ਼ਿਆਦਾ ਕੈਮਰੇ ਲੱਗੇ ਹੋਏ ਨੇ ਤਾਂ ਉਹਨੂੰ ਚੇਂਜ ਕਰਕੇ ਦੇਖ ਸਕਦੇ ਹਾਂ ਕਿ ਐਨ ਨੰਬਰ ਕੈਮਰਾ ਜਿਹੜਾ ਉੱਥੇ ਕੀ ਹੋ ਰਿਹਾ ਜਾਂ ਇਹਦੇ ਨੰਬਰ ਕਲਾਸਰੂਮ ਦੇ ਵਿੱਚ ਕੀ ਚੱਲ ਰਿਹਾ ਹੈ ਹੁਣ ਇਹ ਵੱਖ-ਵੱਖ ਜਗ੍ਹਾ ਤੇ ਲਗਾਏ ਜਾਂਦੇ ਨੇ ਕੈਮਰੇ ਇਹ ਕੈਮਰੇ ਰਿਕਾਰਡਿੰਗ ਕਰਦੇ ਨੇ ਕੋਈ ਵੀ ਐਕਟੀਵਿਟੀ ਹੋ ਰਹੀ ਹੈ ਜਿਸ ਲਈ ਇੱਕ ਜਿਹੜਾ ਇਹਦੇ ਵਿੱਚ ਇੱਕ ਰਿਕਾਰਡਰ ਹੁੰਦਾ ਹੈ ਤੇ ਇੱਕ ਮੇਨ ਹੱਬ ਲੱਗਾ ਹੁੰਦਾ ਹੈ ਇਹਦੇ ਵਿੱਚ ਰਿਕਾਰਡ ਕੀਤੀ ਵੀਡੀਓ ਨੂੰ ਜਿਹੜਾ ਮੋਨੀਟਰ ਜੋੜਿਆ ਹੋਇਆ ਹੁੰਦਾ ਸੀ ਨੇ ਨਾਲ ਜਿਵੇਂ ਕਿ LED ਵਗੈਰਾ ਉਹਦੇ ਉੱਪਰ ਦਿਖਾਇਆ ਜਾਂਦਾ ਹੈ ਤੇ ਅੱਜ ਕੱਲ ਜਿਹੜੀ ਟੈਕਨੋਲੋਜੀ ਹੈ ਇਹਦੀ ਇੰਨੀ ਇਹਦੇ ਵਿੱਚ ਪ੍ਰੋਗਰੈਸ ਹੋ ਰਹੀ ਹੈ ਕਿ ਕੈਮਰੇ ਦੇ ਵਿੱਚ ਜੋ ਵੀ ਰਿਕਾਰਡ ਹੋ ਰਹੀ ਵੀਡੀਓ ਹੈ ਉਹਨੂੰ ਮੋਬਾਈਲ ਦੇ ਉੱਪਰ ਵੀ ਦਿਖਾਇਆ ਜਾ ਸਕਦਾ ਹੈ ਕਿਉਂਕਿ ਜਿਹੜੇ ਲੋਕਾਂ ਦੇ ਘਰਾਂ ਵਿੱਚ ਕੈਮਰੇ ਲੱਗੇ ਨੇ ਫੈਕਟਰੀਜ਼ ਦੇ ਵਿੱਚ ਲੱਗੇ ਨੇ ਤਾਂ ਉਹ ਵਿਅਕਤੀ ਕੀ ਕਰਦੇ ਨੇ ਆਪਣੇ ਮੋਬਾਈਲ ਦੇ ਨਾਲ ਅਟੈਚ ਕਰਵਾ ਲੈਂਦੇ ਨੇ ਤਾਂ ਜੋ ਉਹ ਟਾਈਮ ਟੂ ਟਾਈਮ ਦੇਖ ਸਕਣ ਕਿ ਕੋਈ ਜਿਹੜੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਜਾਂ ਮਿਸ ਹੈਪਨਿੰਗ ਤਾਂ ਨਹੀਂ ਹੋ ਰਹੀ ਹੁਣ ਇਹਦੇ ਨਾਲ ਕੋਈ ਵੀ ਜਿਹੜਾ ਵਿਅਕਤੀ ਹੈ ਆਪਣੇ ਘਰ ਜਾਂ ਕਿਸੇ ਵੀ ਸ਼ੋਅਰੂਮ ਜਿੱਥੇ ਵੀ ਕਿਤੇ ਵੀ ਕੈਮਰਾ ਲੱਗਾ ਹੈ ਉਹਦੀ ਵਰਕਿੰਗ ਕਿਸ ਤਰੀਕੇ ਨਾਲ ਚੱਲ ਰਹੀ ਹੈ ਉਹ ਦੂਰ ਬੈਠਾ ਹੀ ਦੇਖ ਸਕਦਾ ਹੈ ਨੈਕਸਟ ਹੁਣ ਅਸੀਂ ਗੱਲ ਕਰਾਂਗੇ ਕੰਪੋਨੈਂਟਸ ਆਫ सीसीटीवी एंड देयर वर्किंग ਹੁਣ ਜਿਹੜਾ ਇਹ ਕੰਪੋਨੈਂਟਸ ਨੇ ਸੀਸੀਟੀਵੀ ਦੇ ਮੀਨਸ ਕਿਹੜੇ ਕਿਹੜੇ ਹਿੱਸੇ ਨੇ ਕਿਹੜੇ ਕਿਹੜੇ ਤੱਤ ਨੇ ਤੇ ਉਹਨਾਂ ਦੀ ਜਿਹੜੀ ਵਰਕਿੰਗ ਆ ਉਹ ਕਿਸ-ਕਿਸ ਤਰ੍ਹਾਂ ਦੀ ਆ ਹੁਣ ਇਹਦੇ ਵਿੱਚ 5 ਵਿਦ ਕੰਪੋਨੈਂਟਸ ਨੇ ਪਹਿਲਾ ਹੈ ਸਕਿਉਰਿਟੀ ਕੈਮਰਾ ਦੂਸਰਾ ਹੈ ਕੇਬਲਸ ਤੀਸਰਾ ਵੀਡੀਓ ਰਿਕਾਰਡਰਸ ਚੌਥਾ ਸਟੋਰੇਜ ਯੂਨਿਟ ਪੰਚਵਾਂ ডিসਪਲੇ ਯੂਨਿਟ ਹੁਣ ਜਿਹੜਾ ਵੀਡੀਓ ਰਿਕਾਰਡਰ ਇਹ ਦੋ ਤਰ੍ਹਾਂ ਦਾ ਹੈ DVR DVR ਮੀਨਸ ਡਿਜੀਟਲ ਵੀਡੀਓ ਰਿਕਾਰਡਰ NVR ਮੀਨਸ ਨੈਟਵਰਕ ਵੀਡੀਓ ਰਿਕਾਰਡਰ ਹੁਣ ਅਸੀਂ ਇਕੱਲੇ ਇਕੱਲੇ ਨੂੰ ਥੋੜਾ ਡਿਟੇਲ ਦੇ ਵਿੱਚ ਕਰਾਂਗੇ ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਕਿ ਸਿਕਿਉਰਿਟੀ ਕੈਮਰਾ ਕੀ ਹੁੰਦਾ ਹੈ ਕੇਬਲਸ ਕੀ ਹੁੰਦੀਆਂ ਸਿਕਿਉਰਿਟੀ ਕੈਮਰਾ ਬਾਹਰਲੇ ਜਿਹੜੇ ਕੋਈ ਵੀ ਸੀਨ ਨੇ ਉਹਨਾਂ ਨੂੰ ਕੈਪਚਰ ਕਰਨ ਦਾ ਕੰਮ ਕਰਦਾ ਹੈ ਤੇ ਇਹ ਕੈਮਰਾ ਇੱਕ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਵੱਖ-ਵੱਖ ਜਿਹੜੀ ਨਿਗਰਾਨੀ ਹੈ ਉਹ ਯੋਗਸਥਾਨਾ ਦੇ ਕਰਨ ਦੇ ਲਈ ਲਾਏ ਜਾਂਦੇ ਨੇ ਮੀਨਸ ਇੱਕ ਤੋਂ ਜ਼ਿਆਦਾ ਹੁਣ ਅਸੀਂ ਜੇਕਰ ਮੇਨ ਗੇਟ ਦੇ ਬਾਹਰ ਲੱਗਿਆ ਤਾਂ ਉੱਥੇ ਦੋ ਕੈਮਰੇ ਵੀ ਹੋ ਸਕਦੇ ਆ ਇੱਕ ਲੈਫਟ ਸਾਈਡ ਇੱਕ ਰਾਈਟ ਸਾਈਡ ਤੇ ਇਹਦੇ ਕੈਮਰੇ ਦੇ ਵਿੱਚ ਜਿਹੜੇ ਲੈਂਜ਼ ਹੁੰਦੇ ਨੇ ਉਹਦੇ ਮਾਧਿਅਮ ਰਾਹੀਂ ਕੈਮਰੇ ਦੇ ਸੁਰਾਖ ਵਿੱਚੋਂ ਦੀ ਜਿਹੜੀ ਰੌਸ਼ਨੀ ਹੈ ਉਹ ਸਟ੍ਰੀਮ ਨੂੰ ਲੈਂਦੀ ਹੈ ਤੇ ਉਹਦੇ ਅਕੋਰਡਿੰਗ ਜਿਹੜਾ ਕੈਮਰਾ ਹੈ ਜਿਹੜੀ ਉਹਦੇ ਵਿੱਚ ਡਿਜੀਟਲ ਚਿਪ ਲੱਗੀ ਹੁੰਦੀ ਹੈ ਉਹਦੇ ਕਰਕੇ ਜਿਹੜੀਆਂ ਤਸਵੀਰਾਂ ਜਾਂ ਜਿਹੜੀ ਵੀਡੀਓਜ਼ ਨੇ ਅਸੀਂ ਉਹ ਰੋਸ਼ਨੀ ਸਟ੍ਰੀਮ ਨੂੰ ਉਹਦੇ ਵਿੱਚ ਬਦਲ ਸਕਦੇ ਹਾਂ ਤੇ ਕੈਮਰੇ ਦੁਆਰਾ ਰਿਕਾਰਡ ਕੀਤਾ ਸਿਗਨਲ ਤਾਰਾਂ ਜਾਂ ਬਿਨਾਂ ਤਾਰਾਂ ਵਾਲੇ ਜਿਹੜੇ ਸਿਸਟਮ ਹੈ ਉਹਦੇ ਮਾਧਿਅਮ ਰਾਹੀਂ DVD ਤੱਕ ਭੇਜੇ ਜਾਂਦੇ ਨੇ ਤੇ ਇਹਨਾਂ ਕੈਮਰਿਆਂ ਦੁਆਰਾ ਜਿਹੜੀ ਰਿਕਾਰਡਿੰਗ ਦੀ ਕੁਆਲਿਟੀ ਹੈ ਤੇ ਉਹ ਸਾਰੇ ਕੈਮਰੇ ਦੀਆਂ ਵਿਸ਼ੇਸ਼ਤਾਵਾਂ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਕੈਮਰਾ ਕਿਸ ਤਰ੍ਹਾਂ ਦਾ ਹੈ ਨੈਕਸਟ ਹੈ ਕੇਬਲਸ ਹੁਣ ਇਹ ਸਾਰੇ CCTV ਸਿਸਟਮ ਦੇ ਹਿੱਸਿਆਂ ਨੂੰ ਜੋੜਨ ਦੇ ਲਈ ਜਿਹੜੀਆਂ ਵਰਤੀਆਂ ਜਾਣ ਵਾਲੀਆਂ ਤਾਰਾਂ ਨੂੰ ਕਹਿੰਦੇ ਨੇ ਕੇਬਲ ਆਮ ਤੌਰ ਤੇ ਜਿਹੜਾ ਐਨਲੌਗ ਕੈਮਰੇ ਨੇ ਉਹਨਾਂ ਦੇ ਦੁਆਰਾ ਜੋ ਵੀਡੀਓ ਰਿਕਾਰਡਿੰਗ ਨੂੰ ਡੀਵੀਆਰ ਤੱਕ ਪਹੁੰਚਾਉਣ ਦੇ ਲਈ ਜਿਹੜੀਆਂ ਕੋਕਸੀਅਲ ਕੇਬਲਸ ਨੇ ਕੋਕਸੀਅਲ ਕੇਬਲਸ ਨੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਆਰ ਜੇ 59 ਕੇਬਲ ਜਿਹਦੇ ਵਿੱਚ ਬੀਐਨਸੀ ਕਨੈਕਟਰ ਜੁ ਲੱਗੇ ਹੁੰਦੇ ਨੇ ਤੇ ਇਹ ਵੀ ਵੀਡੀਓ ਆਉਟਪੁੱਟ ਦੇ ਲਈ ਵਰਤੀ ਜਾਂਦੀ ਹੈ ਨੈਕਸਟ ਹੈ ਵੀਡੀਓ ਰਿਕਾਰਡਰਸ ਨਾਮ ਤਾਂ ਹੀ ਕਲੀਅਰ ਹੈ ਇਹ ਆਮ ਤੌਰ ਤੇ ਡੀਵੀਆਰ ਜਾਂ ਐਨਵੀਆਰ ਹੁੰਦੇ ਨੇ ਜਿਵੇਂ ਕਿ ਇੱਥੇ ਮੈਂ ਤੁਹਾਨੂੰ ਐਕਸਪਲੇਨ ਕਰਕੇ ਦੱਸਿਆ ਹੋਇਆ ਹੈ ਇਹਨਾਂ ਦਾ ਜਿਹੜਾ ਕੰਮ ਹੈ ਕੈਮਰੇ ਦੁਆਰਾ ਕੈਪਚਰ ਕੀਤੀ ਵੀਡੀਓ ਜਾਂ ਤਸਵੀਰ ਨੂੰ ਫਿਊਚਰ ਦੇ ਵਿੱਚ ਸਟੋਰ ਕਰਕੇ ਰੱਖਣਾ ਹੁੰਦਾ ਹੈ ਇਹਨਾਂ ਦੇ ਵਿੱਚ ਆਮ ਤੌਰ ਤੇ ਇੱਕ ਜਿਹੜੀ ਹਾਰਡ ਡਿਸਕ ਦੀ ਹਾਰਡ ਡਿਸਕ ਸੌਰੀ ਹਾਰਡ ਡਿਸਕ ਨਾਮ ਦੀ ਜਿਹੜੀ ਸਟੋਰੇਜ ਡਿਵਾਈਸ ਲੱਗੀ ਹੁੰਦੀ ਹੈ ਇਹ ਤੋਂ ਇਲਾਵਾ ਹਰ ਵੀਡੀਓ ਰਿਕਾਰਡ ਜਿਹੜਾ ਐਨਲੋਗ ਨੂੰ ਡਿਜੀਟਲ ਰੂਪ ਦੇ ਵਿੱਚ ਬਦਲਣ ਦਾ ਕੰਮ ਵੀ ਕਰਦਾ ਹੈ ਏ ਡੀ ਵੀ ਆਰ ਜਿਹੜੇ ਆਮ ਤੌਰ ਤੇ 4 ਕੈਮਰੇ 8 ਕੈਮਰੇ ਜਾਂ 16 ਕੈਮਰੇ ਦੀ ਕੈਪੈਸਿਟੀ ਵਾਲੇ ਮਿਲਦੇ ਨੇ ਤੇ ਇਹਦੇ ਵਿੱਚ ਦੋ ਕਿਸਮਾਂ ਹੁੰਦੀਆਂ ਨੇ ਡੀ ਵੀ ਆਰ ਤੇ ਐਨ ਵੀ ਆਰ ਹੁਣ ਜਿਹੜਾ ਡੀ ਵੀ ਆਰ ਹੈ ਡਿਜੀਟਲ ਵੀਡੀਓ ਰਿਕਾਰਡਰ ਹੈ ਇਹ ਸਿੱਧੇ ਰੂਪ ਦੇ ਵਿੱਚ ਵੀਡੀਓ ਕੈਪਚਰ ਜਿਹੜਾ ਡਿਵਾਈਸ ਹੈ ਉਹਦੇ ਤੋਂ ਵੀਡੀਓ ਦੇ ਰੂਪ ਦੇ ਵਿੱਚ ਇਨਪੁਟ ਪ੍ਰਾਪਤ ਕਰਕੇ ਇਹ ਰਿਕਾਰਡਿੰਗ ਕਰਦਾ ਹੈ ਨੈਕਸਟ ਹੈ ਐਨ ਵੀ ਆਰ ਨੈਟਵਰਕ ਵੀਡੀਓ ਰਿਕਾਰਡਰ ਇਹ ਸਿਰਫ ਆਈ ਪੀ ਕੈਮਰੇ ਤੋਂ ਜਿਹੜੀ ਇਨਪੁਟ ਹੈ ਜਾਂ ਸਿਰਫ ਜਿਹੜਾ ਨੈੱਟਵਰਕ ਤੋਂ ਇਨਪੁੱਟ ਹੈ ਉਹ ਹੀ ਪ੍ਰਾਪਤ ਕਰਦਾ ਏ ਨੈਕਸਟ ਅਸੀਂ ਗੱਲ ਕਰਾਂਗੇ ਸਟੋਰੇਜ ਯੂਨਿਟ ਇਹਨੂੰ ਹਾਰਡ ਡਿਸਕ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਸਟੋਰੇਜ ਡਿਵਾਈਸ ਹੁੰਦੀ ਹੈ ਜੋ ਡੀਵੀਆਰ ਦੇ ਵਿੱਚ ਫਿੱਟ ਕੀਤੀ ਜਾਂਦੀ ਹੈ ਸਿਕਿਉਰਿਟੀ ਕੈਮਰੇ ਦੁਆਰਾ ਜੋ ਵੀ ਕੈਪਚਰ ਕੀਤੀ ਤਸਵੀਰ ਹੁੰਦੀ ਹੈ ਕੋਈ ਵੀਡੀਓ ਹੁੰਦੀ ਹੈ ਉਹਨੂੰ ਫਿਊਚਰ ਦੇ ਵਿੱਚ ਵਰਤੋਂ ਦੇ ਉਦੇਸ਼ ਤੋਂ ਇਹਨੂੰ ਇਸੇ ਡਿਵਾਈਸ ਦੇ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਹੈ ਇਹਦੇ ਵਿੱਚ ਰਿਕਾਰਡ ਕੀਤੇ ਗਏ ਮਟੀਰੀਅਲ ਨੂੰ ਦੇਖਣ ਦੇ ਲਈ ਇਹਨੂੰ ਸਿੱਧੇ ਰੂਪ ਦੇ ਵਿੱਚ ਡੀਵੀਆਰ ਜਾਂ ਐਨਵੀਆਰ ਮੋਨੀਟਰ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਤੇ ਇਹਦੀ ਹਾਰਡ ਡਿਸਕ ਦੀ ਜਿਹੜੀ ਕੈਪੈਸਿਟੀ ਹੈ ਉਹ ਜੀਬੀ, ਟੀਬੀ ਤੇ ਗੈਗਾਬਾਈਟ ਤੇ ਟੈਰਾਬਾਈਟ ਦੇ ਰੂਪ ਦੇ ਵਿੱਚ ਹੁੰਦੀ ਹੈ। ਨੈਕਸਟ ਹੈ ডিসਪਲੇ ਯੂਨਿਟ। ਇਹਨੂੰ ਮਾਨੀਟਰ ਵੀ ਕਿਹਾ ਜਾਂਦਾ ਹੈ। ਇਹ ਸੀਸੀਟੀਵੀ ਸਿਸਟਮ ਦੇ ਵਿੱਚ ਆਉਟਪੁੱਟ ਦੇਣ ਦਾ ਕੰਮ ਕਰਦੇ ਨੇ। ਇਹ ਟੀਵੀ ਦੀ ਤਰ੍ਹਾਂ ਹੀ ਆਉਟਪੁੱਟ ਕੀਤੀ ਜਾ ਰਹੀ ਜਿਹੜੀ ਵੀਡੀਓ ਹੈ ਜਾਂ ਰਿਕਾਰਡ ਕੀਤੀ ਗਈ ਪੁਰਾਣੀ ਵੀਡੀਓ ਉਹਨੂੰ ਦੇਖਣ ਦੇ ਲਈ ਵਰਤੇ ਜਾਂਦੇ ਨੇ। ਇਹਦਾ ਆਕਾਰ ਵੀ ਵੱਖ-ਵੱਖ ਹੋ ਸਕਦਾ ਹੈ। ਇਦੇ ਨਾਲ ਹੀ ਇਹਦੇ ਵਿੱਚ ਇੱਕ ਸਮੇਂ ਤੇ ਇੱਕ ਜਾਂ ਇੱਕ ਤੋਂ ਜ਼ਿਆਦਾ ਜਿਹੜੇ ਕੈਮਰਿਆਂ ਦੀ ਕੈਪਚਰਿੰਗ ਹੈ ਉਹਨੂੰ ਅਸੀਂ ਸਮੂਹਿਕ ਰੂਪ ਦੇ ਵਿੱਚ ਦੇਖ ਸਕਦੇ ਹਾਂ ਮੀਨ ਜਿੱਥੇ ਜਿੰਨੇ ਕੈਮਰੇ ਲੱਗੇ ਹੋਏ ਨੇ ਅਸੀਂ ਉਹਨਾਂ ਦੇ ਅਕੋਰਡਿੰਗ ਉਨਹੀ ਜਿਹੜੀ ਕੈਪਚਰਿੰਗ ਦਾ ਗਰੁੱਪ ਹੈ 6 ਨੇ ਕੈਮਰੇ 8 ਨੇ ਉਹਦੇ ਅਕੋਰਡਿੰਗ ਸਾਰੇ ਹੀ ਅਸੀਂ ডিসਪਲੇ ਕਰ ਸਕਦੇ ਹਾਂ ਨੈਕਸਟ ਹੈ ਕੈਟੇਗਰੀਜ਼ ਆਫ ਅ ਸੀਸੀਟੀਵੀ ਕੈਮਰਾਸ ਹੁਣ ਅਸੀਂ ਜਿਹੜੇ ਸੀਸੀਟੀਵੀ ਕੈਮਰਾਸ ਨੇ ਉਹਨਾਂ ਨੂੰ ਦੋ ਤਰੀਕੇ ਨਾਲ ਡਿਵਾਈਡ ਕਰ ਸਕਦੇ ਹਾਂ ਪਹਿਲਾ ਹੈ ਓਨ ਦਾ ਬੇਸਿਸ ਆਫ ਵਰਕਿੰਗ ਕੈਪੈਸਿਟੀ ਹੁਣ ਉਹਦਾ ਜਿਹੜਾ ਕੰਮ ਕਰਨ ਦੀ ਸਮਰੱਥਾ ਹੈ ਉਹਦੇ ਆਧਾਰ ਤੇ ਦੋ ਤਰ੍ਹਾਂ ਦੇ ਨੇ ਵਾਈਡ ਕੈਮਰਾਸ ਮੀਨਜ ਤਾਰਾਂ ਵਾਲੇ ਕੈਮਰਾਸ ਤੇ ਇੱਕ ਵਾਇਰਲੈਸ ਮੀਨ ਜਿਹੜੇ ਕਿ ਤਾਰਾਂ ਤੋਂ ਬਿਨਾਂ ਨੇ ਹੁਣ ਜਿਹੜੇ ਵਾਈਡ ਕੈਮਰਾ ਨੇ ਤਾਰਾਂ ਵਾਲੇ ਨੇ ਇਸ ਪ੍ਰਕਾਰ ਦੇ ਜਿਹੜੇ ਕੈਮਰੇ ਨੂੰ ਕੈਪਚਰ ਕੀਤੇ ਜਾ ਰਹੇ ਵੀਡੀਓ ਸਿਗਨਲ ਨੂੰ ਡੀਵੀਆਰ ਤੱਕ ਤਾਰ ਦੇ ਮਾਧਿਅਮ ਰਾਹੀਂ ਪਹੁੰਚਦੇ ਨੇ ਤੇ ਇਹ ਕੰਮ ਜਿਹੜਾ ਕੈਮਰਾ ਹੈ ਫਿਜ਼ੀਕਲ ਰੂਪ ਦੇ ਵਿੱਚ ਡੀਵੀਆਰ ਨਾਲ ਤਾਰ ਦੇ ਨਾਲ ਜੁੜਿਆ ਹੁੰਦਾ ਹੈ ਜਿਨ੍ਹਾਂ ਲਈ ਜਿਹੜੀ ਕੋਕਸੀਅਲ ਕੇਬਲ ਹੈ ਉਹਦੇ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਜਿਹੜੀ ਸਧਾਰਨ ਕੇਬਲ ਟੀਵੀ ਹੁੰਦੀ ਹੈ ਉਹਦੇ ਵਰਗੀ ਹੁੰਦੀ ਹੈ ਤੇ ਇਹਦੀ ਇੱਕ ਕਮੀ ਵੀ ਹੁੰਦੀ ਹੈ ਕਿ ਇਹਨਾਂ ਜਿਹੜੀ ਦੂਰੀ ਹੈ ਲਗਭਗ 300 ਮੀਟਰ ਤੱਕ ਹੀ ਹੁੰਦੀ ਹੈ। ਭਾਵੇਂ ਡੀਵੀਆਰ ਨਾਲੋਂ ਜਿਹੜੇ ਕੈਮਰਿਆਂ ਦੀ ਦੂਰੀ ਹੈ ਜਿੰਨੀ ਜ਼ਿਆਦਾ ਹੋਵੇਗੀ ਉਹਨਾਂ ਜ਼ਿਆਦਾ ਜਿਹੜਾ ਸਿਗਨਲ ਆ ਉਹ ਘਟਦਾ ਜਾਏਗਾ। ਨੈਕਸਟ ਹੁਣ ਅਸੀਂ ਗੱਲ ਕਰਦੇ ਹਾਂ ਵਾਇਰਲੈਸ ਕੈਮਰਾਜ਼। ਤਾਰਾਂ ਤੋਂ ਬਿਨਾ ਕੈਮਰੇ। ਨਾ ਤਾਂ ਕਲੀਅਰ ਹੈ ਮੀਨਜ਼ ਉਹ ਜਿਨ੍ਹਾਂ ਦੇ ਵਿੱਚ ਅਸੀਂ ਸਿਗਨਲ ਟਰਾਂਸਫਰ ਕਰਨਾ ਹੈ ਤਾਰਾਂ ਦੀ ਜ਼ਰੂਰਤ ਇੱਥੇ ਨਹੀਂ ਪੈਂਦੀ। ਇਹਦੇ ਵਿੱਚ ਸਿਗਨਲ ਦੀ ਜਿਹੜੀ ਤੀਬਰਤਾ ਹੈ ਉਹਦੀ ਸਪੀਡ ਹੈ ਉਹਦੇ ਆਧਾਰ ਤੇ ਆਪ ਸਿਗਨਲ ਨੂੰ 2 ਤੋਂ 4 ਗੀਗਾਬਾਈਟ ਜਿਹੜੀ ਸਪੀਡ ਹੈ ਤੀਬਰਤਾ ਉਹਦੇ ਮਾਧਿਅਮ ਰਾਹੀਂ ਡੀਵੀਆਰ ਤੱਕ ਭੇਜਿਆ ਜਾਂਦਾ ਹੈ ਤੇ ਇਹਨਾਂ ਵਿੱਚ ਬਿਨਾਂ ਤਾਰ ਦੇ ਹਵਾ ਦੇ ਮਾਧਿਅਮ ਰਾਹੀਂ ਹੀ ਜਿਹੜਾ ਸਿਗਨਲ ਹੈ ਉਹ ਭੇਜਿਆ ਜਾਂਦਾ ਹੈ ਦੂਸਰਾ ਸੀ ਗੱਲ ਕਰਾਂਗੇ ਔਨ ਦਾ ਬੇਸਿਸ ਆਫ ਸਿਕਿਉਰਿਟੀ ਪਰਪਸ ਹੁਣ ਸੁਰੱਖਿਆ ਦੇ ਪੱਖ ਤੋਂ ਕਿਸ-ਕਿਸ ਤਰ੍ਹਾਂ ਦੇ ਜਿਹੜੇ ਕੈਮਰੇ ਨੇ ਇਨਡੋਰ ਕੈਮਰਾ ਇਹ ਜਿਹੜੇ ਕੈਮਰੇ ਨੇ ਅੰਦਰੂਨੀ ਕਮਰੇਆਂ ਜਾਂ ਅੰਦਰੂਨੀ ਸਿਕਿਉਰਿਟੀ ਲਈ ਆਮ ਤੌਰ ਤੇ ਘਰਾਂ ਸਕੂਲ ਹੋਟਲ ਤੇ ਦਫ਼ਤਰਾਂ ਦੇ ਵਿੱਚ ਲਗਾਏ ਜਾਂਦੇ ਨੇ ਆਊਟਡੋਰ ਕੈਮਰਾਸ ਇਹ ਕੈਮਰੇ ਬਾਹਰੀ ਥਾਂਾਂ ਦੀ ਰਿਕਾਰਡਿੰਗ ਜਿਵੇਂ ਕਿ ਘਰ ਤੋਂ ਬਾਹਰ ਦਫ਼ਤਰ ਦੇ ਅੰਦਰ ਬਾਹਰ ਜਾਣ ਵਾਲੇ ਗੇਟ ਤੇ ਲਗਾਏ ਜਾਂਦੇ ਨੇ ਤੇ ਇਹਨਾਂ ਦੇ ਉੱਪਰ ਜਿਹੜੀ ਬਾਹਰੀ ਵਾਤਾਵਰਣ ਤੋਂ ਸੁਰੱਖਿਆ ਦੇ ਲਈ ਹਾਰਡ ਸ਼ੈੱਲ ਵੈਂਡਲ ਪ੍ਰੂਫ ਦਾ ਜਿਹੜਾ ਕਵਰ ਹੈ ਉਹ ਵੀ ਲੱਗਿਆ ਹੁੰਦਾ ਹੈ ਆਈ ਆਰ ਡੀ ਆਰ ਨਾਈਟ ਕੈਮਰਾ ਹੁਣ ਇਹ ਜਿਹੜੇ ਕੈਮਰੇ ਦਿਨ ਅਤੇ ਰਾਤ ਦੋਵੇਂ ਸਮੇਂ ਦੀ ਸਪਸ਼ਟ ਰਿਕਾਰਡਿੰਗ ਕਰਨ ਦਾ ਕਾਰਜ ਕਰਦੇ ਨੇ ਤੇ ਇਹਦੇ ਲਈ ਇਹ ਕੈਮਰੇ ਦੀ ਨਰਾਤ ਸਿਕਿਉਰਟੀ ਵਾਲੇ ਏਰੀਏ ਦੇ ਵਿੱਚ ਖਾਸ ਤੌਰ ਤੇ ਜਿਵੇਂ ਕਿ ਮਿਲਟਰੀ ਏਰੀਆਜ਼ ਨੇ ਉੱਥੇ ਇਹਨਾਂ ਨੂੰ ਲਗਾਇਆ ਜਾਂਦਾ ਹੈ ਮੀਨਸ ਇਹ ਨਹੀਂ ਫਰਕ ਪੈਂਦਾ ਵੀ ਡੇ ਹੈ ਜਾਂ ਨਾਈਟ ਹੈ ਜਿਹੜੀ ਰਿਕਾਰਡਿੰਗ ਹੋਏਗੀ ਉਹ ਬਿਲਕੁਲ ਕਲੀਅਰ ਹੋਏਗੀ ਨੈਕਸਟ ਹੈ ਡੋਮ ਕੈਮਰਾ ਇਹਨਾਂ ਕੈਮਰਿਆਂ ਦੇ ਦੁਆਲੇ ਇੱਕ ਕਾਲੇ ਰੰਗ ਦਾ ਕਵਰ ਝੜਿਆ ਹੁੰਦਾ ਹੈ ਜਿਹਦਾ ਉਦੇਸ਼ ਇਹਨਾਂ ਨੂੰ ਆਮ ਲੋਕਾਂ ਦੀ ਨਜ਼ਰ ਤੋਂ ਛੁਪਾਉਣਾ ਹੁੰਦਾ ਹੈ। ਇਹ ਕੈਮਰੇ ਜਿੱਦਾਂ ਕਿ ਰੇਲਵੇ ਸਟੇਸ਼ਨ ਹੋ ਗਿਆ, ਬੱਸ ਸਟੈਂਡ, ਕੋਈ ਰਿਟੇਲ ਸਟੋਰ ਨੇ ਜਾਂ ਹਸਪੀਟਲ ਵਗੈਰਾ ਨੇ ਉੱਥੇ ਇਹਨਾਂ ਨੂੰ ਲਗਾਇਆ ਜਾਂਦਾ ਹੈ। ਨੈਕਸਟ ਹੈ ਬੁਲੇਟ ਕੈਮਰਾ। ਇਹ ਦੂਰ ਦੀਆਂ ਵਸਤੂਆਂ ਜਾਂ ਕੋਈ ਵੀ ਸੀਨ ਨੇ ਉਹਨਾਂ ਨੇ ਰਿਕਾਰਡ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਨੇ। ਇਹ ਪੂਰੀ ਤਰ੍ਹਾਂ ਵਾਟਰਪਰੂਫ ਹੁੰਦੇ ਨੇ ਤੇ ਇਹ ਆਕਾਰ ਦੇ ਵਿੱਚ ਵੀ ਛੋਟੇ ਹੁੰਦੇ ਨੇ। ਛੋਟੇ ਹੋਣ ਕਰਕੇ ਇਹ ਘਰਾਂ ਜਾਂ ਵਪਾਰਕ ਬਿਲਡਿੰਗ ਦੇ ਉੱਪਰ ਬਾਹਰਲੇ ਪਾਸੇ ਇਹਨਾਂ ਨੂੰ ਲਗਾਇਆ ਜਾਂਦਾ ਹੈ। ਨੈਕਸਟ ਹੈ ਵੈਂਡਲ ਪ੍ਰੂਫ ਕੈਮਰਾ। ਇਸ ਪ੍ਰਕਾਰ ਦੇ ਜਿਹੜੇ ਕੈਮਰੇ ਨੇ ਉਹ ਬਾਰੀ ਸਿਕਿਉਰਟੀ ਦੇ ਲਈ ਵਰਤੇ ਜਾਂਦੇ ਨੇ ਇਹਨਾਂ ਵਿੱਚ ਜਿਹੜੇ ਲੈਂਜ ਬ੍ਰੇਕ ਪ੍ਰੂਫ ਕੰਚ ਦੇ ਵਿੱਚ ਘੜਟੇ ਜਾਂਦੇ ਨੇ ਤੇ ਇਹਦੇ ਆਲੇ-ਗਾਲ ਜਿਹੜੇ ਸ਼ੀਸ਼ੇ ਦੀ ਰਿਕਾਰਡਿੰਗ ਹੈ ਤੇ ਉਹਦੇ ਨਾਲ ਕੁਆਲਿਟੀ ਦੇ ਉੱਪਰ ਕੋਈ ਜਿਹੜਾ ਪ੍ਰਭਾਵ ਹੈ ਉਹ ਨਹੀਂ ਪੈਂਦਾ ਨੈਕਸਟ ਹੈ ਹਿਡਨ ਕੈਮਰਾ ਨਾ ਤਾਂ ਵੀ ਦੇਖੋ ਕਲੀਅਰ ਹੈ ਕਿ ਛੁਪਿਆ ਹੋਇਆ ਕੈਮਰਾ ਅਜਿਹੇ ਜਿਹੜੇ ਕੈਮਰੇ ਨੇ ਬਹੁਤ ਛੋਟੇਕਾਰ ਦੇ ਹੁੰਦੇ ਨੇ ਤੇ ਇਹਨਾਂ ਵਿੱਚ ਰਿਕਾਰਡਰ ਸਿਸਟਮ ਵੀ ਵਿੱਚ ਹੀ ਲੱਗਿਆ ਹੁੰਦਾ ਹੈ ਤੇ ਆਕਾਰ ਵਿੱਚ ਛੋਟੇ ਹੋਣ ਕਰਕੇ ਇਹਨਾਂ ਨੂੰ ਚੁਪਾ ਕੇ ਲਗਾਇਆ ਜਾ ਸਕਦਾ ਹੈ ਨੈਕਸਟ ਹੈ ਪੈਨ ਟਿਲਟ ਜ਼ੂਮ ਕੈਮਰਾ ਇਸ ਪ੍ਰਕਾਰ ਦੇ ਜਿਹੜੇ ਕੈਮਰੇ ਨੇ ਉਹਦੇ ਨਾਲ ਵੀਡੀਓ ਜਾਂ ਕੋਈ ਵੀ ਜਿਹੜਾ ਸੀਨ ਹੈ ਉਹਨੂੰ ਜ਼ੂਮ ਕਰਕੇ ਦੇਖਿਆ ਜਾ ਸਕਦਾ ਹੈ ਤੇ ਇਹ ਕੈਮਰੇ ਆਪਣੇ ਆਪ ਵੀ ਘੁੰਮ ਜਾਂਦੇ ਨੇ ਡੀਅਰ ਸਟੂਡੈਂਟਸ ਇਸ ਵੀਡੀਓ ਵਿੱਚ ਸਿਰਫ ਇੰਨਾ ਹੀ ਨੈਕਸਟ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਮੈਰਿਟਸ ਐਂਡ ਡੀਮੈਰਿਟਸ ਆਫ ਸੀਸੀਟੀਵੀ ਕੈਮਰਾਸ ਥੈਂਕ ਯੂ